ਕਹਿੰਦਾ ਮੁੰਡੇ ਦਾ ਨਾ ਫੋਨ ਆਇਆ ਸੀਗਾ, ਸਬਜ਼ੀ ਬਣਾ ਕੇ ਰੱਖਣਾ ਬਸ ਆਉਣ ਵਾਲਾ ਹੀ ਹੋਊਗਾ। ਕਹਿੰਦਾ ਮੈਂ ਜਦ ਮੈਨੂੰ ਤਾਂ ਬਾਹਲੀ ਭੁੱਖ ਲੱਗੀ ਆ ਮਾਂ, ਸਬਜ਼ੀ ਸੁਬਜ਼ੀ ਤਿਆਰ ਕਰਕੇ ਰੱਖ ਲਈ, ਕੱਲਿਆਂ ਤਾਂ ਕਿਹੜਾ ਦਾਲ ਦਾ ਆਹਾਰ ਆਉਂਦਾ ਹੈਗਾ, ਭੁੱਖੀ ਮਰਜੀ ਮੈਂ ਤਾਂ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਠਾਕ ਹੈ? ਹਾਂ ਠੀਕ ਠਾਕ ਵਧੀਆ। ਮੈਂ ਤਾਂ ਸਬਜ਼ੀ ਚੀਰਦੀ ਸੀ, ਮੈਂ ਹਲੇ ਪਰਗਟ ਆਉਣ ਵਾਲਾ, ਮੈਂ ਕਿਹਾ ਤੇ ਬਣਾ ਲਾ ਕਰਨੇ ਨੇ। ਬਣਾ ਲਾ ਬਣਾ ਲਾ, ਕਿਹੜਾ ਬਾਹਲੀ ਭੁੱਖ ਲੱਗੀ ਪਈ ਆ ਮੈਨੂੰ ਤਾਂ। ਤੇ ਹੋਰ ਪੁੱਤ ਤੇਰਾ ਸਾਰਾ ਕੰਮ ਹੋ ਗਿਆ ਕਿਵੇਂ? ਹਾਂ ਹਾਂ ਸਾਰਾ ਕੰਪਲੀਟ ਹੋ ਗਿਆ ਮਾਂ ਹੁਣ ਤਾਂ ਮੇਰਾ। ਅੱਛਾ, ਤੇ ਫਿਰ ਗਾਹਾਂ ਹੁਣ ਕੀ ਚੱਲੂਗਾ? ਹੁਣ ਤਾਂ ਬਸ ਉਹ ਕਹਿੰਦੇ ਵੀ ਟ੍ਰੇਨਿੰਗ ਤੁਹਾਡੀ ਮਹੀਨੇ ਟ੍ਰੇਨਿੰਗ ਲਾਵਾਂਗੇ ਹੁਣ ਤਾਂ। ਅੱਛਾ, ਹਾਂ ਹੁਣ ਟ੍ਰੇਨਿੰਗ ਤੋਂ ਬਾਅਦ ਕਹਿੰਦੇ ਕਿ ਫਿਰ ਬਸ ਤੁਹਾਡੀ ਨੌਕਰੀ ਪੱਕੀ ਹੈ। ਪੱਕੀ ਹੈ ਕਹਿੰਦੇ? ਹਾਂ ਤੇ ਪੁੱਤ ਉਹਦੇ ਪੈਸੇ ਪੁੱਸੇ ਵੀ ਲੱਗਣਗੇ? ਪੈਸੇ ਤਾਂ ਮਾਂ ਉਹ ਕਹਿੰਦੇ ਹੈਗੇ ਵੀ 11 ਤੁਹਾਨੂੰ 1 ਲੱਖ ਰੁਪਈਆ ਤਾਂ ਭਰਨਾ ਪਊਗਾ। ਲੱਖ ਕਿੱਥੋਂ ਭਰਾਂਗੇ ਆਪਾਂ? ਹੁਣ ਮਾਂ ਦੇਖ ਕਿਤੋਂ ਨਾ ਕਿਤੋਂ ਤਾਂ ਕਰਨਾ ਪਊਗਾ। ਹੁਣ ਜੇ 11 ਨੌਕਰੀ ਲੱਗ ਗਈ ਮੇਰੀ, ਇਹਦਾ 1 ਲੱਖ ਰੁਪਈਆ ਤਾਂ ਮੇਰਾ ਵੀਰ ਮਹੀਨੇ ਦਾ ਉਹਦੀ ਆ ਜਾ ਕਰੂਗਾ। ਹੋਰ ਆਪਾਂ ਤਾਂ 11 ਤਾਂ ਹੁਣ ਦੇਵਤਾਂ ਕੋਲੋਂ ਭਰਨੇ ਪੈਣਗੇ ਆਪਦੇ। ਦੇਵਤਾਂ ਨੂੰ ਤਾਂ ਹੀ ਵਾਲੀਆਂ ਬਣਾਈ ਬੈਠੇ ਆਪਾਂ ਤਾਂ, ਹੁਣ ਆਪਣੇ ਕੋਲ ਤਾਂ ਸਾਧਨ ਪੈਸੇ ਦਾ ਵੀ ਨਹੀਂ ਹੋਣਾ, ਹੁਣ ਕੀ ਕਰਾਂਗੇ? ਹੁਣ ਫਿਰ ਮਾਂ ਦੇਖ ਲਾ, ਜਾਂ ਤਾਂ ਫਿਰ ਮੈਨੂੰ ਨੌਕਰੀ ਛੱਡਣੀ ਪਊਗੀ। ਨੌਕਰੀ ਔਖੇ ਛੱਡ ਸੌਖੇ ਕਿ ਕਿਤੋਂ ਨਾ ਕਿਤੋਂ ਕਰਕੇ ਭਰ ਦੇ ਗੇਰਾ ਤੂੰ ਮੇਰੇ ਤੇ ਘਰ। ਨੌਕਰੀ ਛੱਡ ਕੇ ਤਾਂ ਪੁੱਤ ਆਪਣਾ ਗੁਜ਼ਾਰਾ ਕਰਦੇ ਨਾ ਹੋਊਗਾ, ਨੌਕਰੀ ਤਾਂ ਮਰਦਿਆਂ ਨੂੰ ਮਿਲਦੀ ਹੈ, ਨੌਕਰੀ ਨਹੀਂ ਆਪਾਂ ਛੱਡਦੇ। ਫਿਰ ਮਾਂ ਹੁਣ 1 ਲੱਖ ਰੁਪਈਏ ਦਾ ਤਾਂ ਕਰਨਾ ਪਊਗਾ ਕਿਤੋਂ ਨਾ ਕਿਤੋਂ ਸਾਡਾ। ਤੇ ਤੂੰ ਸੋਚ ਹੁਣ ਕਿਹਦੇ ਕੋਲ ਕਰੀਏ? ਜੇ ਆਪਾਂ ਭੈਣ ਨੂੰ ਪੁੱਛ ਲਈਏ, ਜੇ ਤੂੰ ਗੱਲ ਕਰ ਲਈ ਭੈਣ ਨਾਲ। ਇੰਨਾ ਤਾਂ ਕਰ ਲੂੰਗੀ, ਫਿਰ ਉਹਦਾ ਸਵਾਲ ਨਾ ਪੁੱਛਿਆ ਸੀ ਦੇ ਨੂੰ। ਕਿਹੜਾ ਤੂੰ ਗੱਲ ਕਰਕੇ ਤਾਂ ਦੇਖੀ। ਹਾਂ ਪੈਸੇ ਤਾਂ ਹੋਣਗੇ ਉਹਨਾਂ ਕੋਲ। ਹਾਂ ਰੁਪਈਏ ਤਾਂ ਹੋਣਗੇ ਨਾ ਕੋਲ। ਫਿਰ ਮੈਂ ਕਰਦੀ ਹਾਂ, ਮੈਨੂੰ ਫੋਨ ਲਾ ਕੇ ਦੇ। ਮੈਂ ਫੋਨ ਲਾ ਕੇ ਦੇ ਦਿੰਦਾ। ਹਾਂ ਕਰ ਦੇ ਤਾਂ ਦੇਖਦੀ ਮੈਂ, ਚੱਲ ਮਹਾਰਾਜ ਕਰਕੇ ਚੰਗਾ ਹੀ ਹੋਵੇ, ਇੱਥੋਂ ਨਾ ਆਪਾਂ ਨੂੰ ਜਵਾਬ ਮਿਲ ਜੇ ਕਿਤੇ। ਚੱਲ ਫਿਰ ਦੇਖੀ ਜਾਊਗੀ, ਤੇਰਾ ਆਪਣੇ ਵੱਲੋਂ ਤਾਂ ਆਪਾਂ ਪੁੱਛ ਕੇ ਦੇਖੀ ਨਾ। ਆਪਣੀ ਹਰਪ੍ਰੀਤ ਤਾਂ ਨਹੀਂ, ਆਪਣੇ ਪਿੱਛੇ ਉਹ ਕਰਦੀ, ਉਹ ਤਾਂ ਤੂੰ ਆਪਣੇ ਪੁੱਤ ਤੂੰ ਆਪਣੀ ਕਰਨ ਲੈ ਮਾਂ ਜਾਈ ਜਾਂਦੀ ਹੈ ਵੈਸੇ ਗੱਲ ਕਰ। ਹੈਲੋ ਹਰਪ੍ਰੀਤ ਬੋਲਦੀ ਆ? ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ। ਹੋਰ ਪੁੱਤ ਠੀਕ ਹੈ? ਬਸ ਹੋਰ ਖੈਰ ਸੁੱਖਾ ਸਾਰੇ? ਹੋਰ ਕੁਲਦੀਪ ਸਿੰਘ ਠੀਕ ਠਾਕ ਹੈ? ਅੱਛਾ, ਪੁੱਤ ਮੈਂ ਤਾਂ ਇੱਕ ਨਾ ਸਵਾਲ ਪਾਉਂਦੀ ਸੀ, ਤੇ ਤੇਰੇ ਭਰਾ ਦਾ ਪੁੱਤ ਕੰਮ ਬਣਦਾ ਹੈਗਾ, ਤੇ ਹੁਣ ਅਸੀਂ ਤਾਂ ਤੇਰੇ ਤੇ ਥੋੜ੍ਹ ਤਕਾਈ ਹੈ ਪੁੱਤ, ਕਿਵੇਂ ਤਾਂ ਪੁੱਤ ਬਾਹਲੀ ਵੱਡੀ ਆਸ ਲਾਈ ਹੈ, ਜਵਾਬ ਤਾਂ ਨਾ ਦਿਓ। ਹਾਂ ਪੁੱਤ, ਪੁੱਤ 1 ਲੱਖ ਰੁਪਈਏ ਦੀ ਲੋੜ ਹੈਗੀ, ਤੇ ਤੇਰੇ ਭਰਾ ਨੂੰ ਜਦੋਂ ਨੌਕਰੀ ਮਿਲ ਗਈ ਨਾ, ਉਦੋਂ ਪਹਿਲਾਂ ਹੱਥ ਪਿਆ ਤਾਂ ਉਦੋਂ ਪਹਿਲਾਂ ਮੋੜ ਦਿਆਂਗੇ। ਤੇ ਪੁੱਤ ਇਹ ਤਾਂ ਸਾਨੂੰ ਤਾਂ ਜਮੀ ਨਾ ਜਵਾਬ ਦਿਓ, ਹਮ ਆਪਦੇ ਸਹੁਰੇ ਤੇ ਟੋਰ ਮੇ ਦੇ, ਤੇ ਇਹਨੂੰ ਤਾਂ ਪੁੱਛ ਲਈ, ਚੱਲ ਕੁਲਦੀਪ ਸਿੰਘ ਤਾਂ ਪੁੱਛ ਲਈ। 1 ਲੱਖ ਰੁਪਈਆ ਫਿਰ ਪੁੱਤ ਥੋੜਾ ਘਣਾ ਕਿਹੜਾ ਹੈਗਾ ਵੀ ਤੇਰੇ ਕੋਲੇ ਹੋਊਗਾ, 1 ਲੱਖ ਇਹਨੂੰ ਤਾਂ ਪੁੱਛਣਾ ਹੀ ਪਊਗਾ, ਬੁੜੇ ਨੇ ਪੁੱਤ ਦੇਣ ਦੇਣੇ, ਬੁੜਾ ਤਾਂ ਹੀ ਪਊਗਾ ਨਾ, ਮੋੜਨਗੇ ਕਿੱਥੋਂ। ਚੱਲ ਹਾਂ ਪੁੱਤ, ਕੁਲਦੀਪ ਸਿੰਘ ਪੁੱਛ ਕੇ ਨਾ ਕੋਈ ਗੱਲ ਰਾਹ ਪਾ ਕੇ, ਤੇ ਮੈਨੂੰ ਪੁੱਤ ਫਿਰ ਅੱਜੇ ਅੱਜ ਫੋਨ ਕਰ ਦੇ, ਠੀਕ ਹੈ? ਠੀਕ ਹੈ ਪੁੱਤ, ਐਂ ਤਾਂ ਮੈਨੂੰ ਪਤਾ ਮੇਰੀ ਧੀ ਜਵਾਬ ਕਦੋਂ ਦਿੰਦੀ ਹੈ। ਲੈ ਕਰ ਲੈ ਭੈਣ ਨਾਲ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਭੈਣੇ, ਹੋਰ ਠੀਕ ਠਾਕ ਹੋ? ਹਾਂ ਹਾਂ ਵਧੀਆ ਵਧੀਆ ਭੈਣ ਜੀ। ਹਾਂ ਮੇਰੀ ਹੋ ਗਈ ਉੱਧਰ ਤਾਂ ਸਾਰੀ ਕੰਪਲੀਟ, ਕੇਰਾ ਤਾਂ ਪੜ੍ਹਾਈ, ਹੁਣ ਤਾਂ ਬਸ ਆਹੀ ਹੈਗਾ ਟ੍ਰੇਨਿੰਗ ਚੱਲੂਗੀ, ਹੁਣ ਤਾਂ ਮੇਰੀ ਮਹੀਨੇ ਦੀ, ਫਿਰ ਕਹਿੰਦੇ ਵੀ ਨੌਕਰੀ ਪੱਕੀ ਹੈ ਫਿਰ ਤੁਹਾਡੇ। ਹਾਂ ਹਾਂ ਠੀਕ ਹੈ ਭੈਣ, ਲੈ ਸਮਾਂ ਤੈਨੂੰ ਭੈਣ ਨੇ ਮੈਨੂੰ ਤਾਂ ਕਹਿੰਦੀ ਵੀ ਦੇ ਦੇਣ ਕਰ ਦਿਆਂਗੇ।
ਚੱਲ ਫੇਰ ਤਾਂ ਕਰ ਹੀ ਦੇਣਗੇ ਜੇ ਕਹੀ ਦਿੱਤਾ। ਹਾਂ ਪੁੱਤ ਮੈਨੂੰ ਤਾਂ ਪੂਰੇ ਹੌਸਲਾ ਹੋ ਗਿਆ, ਤੂੰ ਬਾਦਲ ਕੱਪੜੇ ਕੁਪੜੇ ਤੇ ਮੈਂ ਚੱਲ ਮੈਂ ਕੱਪੜੇ ਬਦਲ ਦਾਂਗਾ, ਮਾਂ ਜਰਾ ਸਬਜ਼ੀ ਬਣਾ ਦੇ, ਬੜੀ ਭੁੱਖ ਲੱਗੀ ਪਈ ਹੈ। ਕੋਈ ਨਹੀਂ ਕੋਈ ਨਹੀਂ, ਮੈਂ ਤਾਂ ਹੁਣ ਕਰ ਦਿੰਦੀ ਹਾਂ ਸਭ। ਅੱਜ ਤੁਹਾਨੂੰ ਤਾਂ ਪਹਿਲੇ ਗੱਲ ਅੱਖੀ ਰਾਹ ਪੈ ਗਈ ਗੱਲ ਤੇ ਗਾਹਾਂ ਕਰਮਾਂ ਦੀਆਂ ਗੱਲਾਂ ਹੈਗੀਆਂ। ਚੱਲ ਜੇ ਪਰਮਾਤਮਾ ਨੇ ਲੜ ਫੜ ਲਿਆ, ਜੇ ਨੌਕਰੀ ਮਿਲ ਗਈ ਤਾਂ ਮਾਲੋ ਮਾਲ ਹੋ ਜਾਣਾ। ਮੇਰੀ ਗੱਲ ਸੁਣੇ ਜੀ। ਹਾਂਜੀ। ਮੈਂ ਤੁਹਾਡੇ ਨਾਲ ਨਾ ਕੋਈ ਜ਼ਰੂਰੀ ਗੱਲ ਕਰਨੀ ਸੀ। ਕੀ ਗੱਲ ਕਰਨੀ ਸੀ? ਪ੍ਰਗਟ ਦਾ ਨਾ ਫੋਨ ਆਇਆ ਸੀ। ਅੱਛਾ। ਪਹਿਲਾਂ ਤਾਂ ਮੇਰੀ ਮਾਂ ਨੇ ਮੇਰੇ ਨਾਲ ਗੱਲ ਕਰੀ ਹੈ। ਅੱਛਾ। ਤੇ ਹੁਣ ਪ੍ਰਗਟ ਦੀ ਪੜ੍ਹਾਈ ਤਾਂ ਕੰਪਲੀਟ ਹੋ ਗਈ। ਠੀਕ ਹੈ। ਹੁਣ ਉਹਨੂੰ ਨਾ ਟ੍ਰੇਨਿੰਗ ਵਾਸਤੇ ਪੈਸੇ ਚਾਹੀਦੇ ਸੀ 1,00,000 ਰੁਪਇਆ। ਅੱਛਾ। ਤੇ ਫਿਰ ਉਹਨਾਂ ਨੂੰ ਤਾਂ ਆਪਣੇ ਟਿਕਰੀ ਆਸ ਹੈ। ਫਿਰ ਮੈਂ ਬਾਪੂ ਨਾਲ ਰਾਏ ਕਰ ਲਾਂ, ਫਿਰ ਦੇ ਦਾਂਗੇ। ਹੋਰ ਫਿਰ ਉਹਨੂੰ ਆਇਆ ਵੀ ਭੈਣ ਤੋਂ ਬਿਨਾਂ ਹੋਰ ਕੋਈ ਸਾਥ ਵੀ ਨਹੀਂ ਨਾ ਦਿੰਦਾ, ਤੈਨੂੰ ਪਤਾ ਹੀ ਅੱਜ ਕੱਲ੍ਹ ਟਾਈਮ ਹੀ ਇਹੋ ਜਿਹੇ। ਉਹ ਨਾ ਪੈਸੇ ਦੇ ਦੂੰਗਾ ਬਾਪੂ ਨਾਲ ਰਾਏ ਕਰ ਲਾਂ। ਪਰ ਪੈਸਿਆਂ ਦਾ ਹੱਲ ਤਾਂ ਲਾਜ਼ਮੀ ਕਰਨਾ ਪਊਗਾ, ਭਾਂ ਦੀ ਕਿਵੇਂ ਕਰੋ। ਕੋਈ ਨਾ ਕਰ ਦੂੰਗਾ, ਫਿਰ ਮੈਂ ਬਾਪੂ ਨਾਲ ਗੱਲ ਕਰ ਲਾਂ, ਦੇ ਦੂੰਗਾ। ਪੈਸੇ ਤਾਂ ਹੋਣਗੇ ਤੁਹਾਡੇ ਕੋਲ? ਹੈਗੇ ਮੇਰੇ ਅਕਾਊਂਟ 'ਚ ਪੈਸੇ, ਦੇ ਦੂੰਗਾ। ਬਾਪੂ ਜੀ ਨੂੰ ਪੁੱਛ ਲਓ, ਜੇ ਬਾਪੂ ਜੀ ਨੇ ਨਾ ਕਰਤਾ। ਨਹੀਂ, ਬਾਪੂ ਮੇਰਾ ਛੇਤੀ ਤੇ ਨਾ ਕਰਦਾ, ਉਹਨੇ ਪੁੱਛ ਲੈਣਾ ਬਾਪੂ ਨੂੰ। ਮੈਂ ਬਾਪੂ ਜੀ ਨੂੰ ਪੁੱਛ ਲਓ। ਚੰਗਾ, ਤੁਸੀਂ ਬਸ ਮੈਂ ਇੱਕ ਅੱਧੇ ਦਿਨ 'ਚ ਉਹਨੂੰ ਦੇ ਦਾਂਗੀ। ਉਹਨੂੰ ਗੂਗਲ ਪੇ ਕਰ ਦੂੰਗਾ, ਤਾਂ ਮੇਰੇ ਖਾਤੇ 'ਚ ਪਵਾ ਜਾਊਂਗਾ ਜੀ। ਠੀਕ ਹੈ, ਉਹਨੂੰ ਪੁੱਛ ਲਓ ਬਾਪੂ ਨੂੰ। ਐਂ ਨਾ ਵਿਚਾਰੇ ਦੀ ਹੁਣ ਪੜ੍ਹਾਈ ਵੀ ਹੋਈ ਹੈ ਤੇ ਕੋਰਸ ਕਰਕੇ ਆਦਾ ਵਿਚਾਰਾ ਨੌਕਰੀ ਸਿਰ ਹੋ ਜਾਵੇ, ਫਿਰ ਪੈਸੇ ਤਾਂ ਆਪਾਂ ਲੈ ਹੀ ਲਾਉਣੇ ਆ, ਉਹ ਤਾਂ ਉਹ ਕਿਹੜਾ ਮੁੱਕਰਦਾ ਪੈਸੇ। ਚੱਲ ਕੋਈ ਨਾ, ਮੈਂ ਫਿਰ ਉਹਦੇ ਬਾਪੂ ਨਾਲ ਰਾਇ ਕਰ ਲਾਂ, ਦੇ ਦੂੰਗਾ। ਚੱਲ ਮੈਂ ਕਰਦਾ ਬਾਪੂ ਕੋਲ। ਉਹ ਬਾਹਰ ਹੀ ਬੈਠਾ ਹੋ ਬਾਪੂ? ਹਾਂ ਬਾਪੂ ਜੀ ਬਾਹਰ ਬੈਠੇ ਆ, ਜੇ ਆਪਾਂ ਗੱਲ ਹੀ ਕਰ ਲੈਂਦੇ ਬਾਪੂ। ਚੱਲ ਫਿਰ ਆਪਾਂ ਕਰ ਲੈਂਦੇ। ਬਾਪੂ ਜੀ ਅਸੀਂ ਨਾ ਤੁਹਾਡੇ ਤੇ ਇੱਕ ਕੰਮ ਆਏ ਸੀ, ਸਾਨੂੰ ਕੋਈ ਜ਼ਰੂਰੀ ਕੰਮ ਸੀ। ਦੱਸੋ ਪੁੱਤ, ਕੋਈ ਵੀ ਕੰਮ ਜਿਹੜਾ ਹੈਗਾ ਉਸ ਨੂੰ ਹੱਲ ਕਰਨਾ ਪਊਗਾ ਜੀ। ਕੋਈ ਗੱਲ ਨੀ, ਕੋਈ ਗੱਲ ਨੀ, ਗੱਲ ਦੱਸੋ ਤਾਂ ਸਹੀ। ਬਾਪੂ ਜੀ ਮੇਰੇ ਵੀਰੇ ਨੂੰ ਨਾ ਪੈਸੇ ਚਾਹੀਦੇ ਸੀ 1,00,000 ਰੁਪਇਆ ਜੀ। ਲੱਖ? ਹਾਂਜੀ। ਕੀ ਲੋੜ ਪੈ ਗਈ ਉਹਨੂੰ ਮਿਲੇ? ਉਹਨਾਂ ਜੀ ਉਹਦੀ ਪੜ੍ਹਾਈ ਕੰਪਲੀਟ ਹੋ ਗਈ, ਹੁਣ ਉਹਨੇ ਟ੍ਰੇਨਿੰਗ ਤੇ ਜਾਣਾ ਸੀ ਜੀ। ਅੱਛਾ। ਤੇ ਵੀਰਾ ਕਹਿੰਦਾ ਵੀ ਭੈਣੇ ਤੇਰੇ ਬਿਨਾਂ ਕੋਈ ਹੱਲ ਨਹੀਂ ਕਰ ਸਕਦਾ, ਤੁਸੀਂ ਕਹਿੰਦਾ ਸੌਖੇ ਹੋ ਘਰੋਂ। ਮੈਂ ਕੋਈ ਨਾ ਵੀਰੇ ਬਾਪੂ ਜੀ ਨੂੰ ਪੁੱਛ ਲੈਂਦੇ ਹਾਂ। ਚੱਲ ਕੋਈ ਗੱਲ ਨਹੀਂ, 1,00,000 ਦੀ ਤਾਂ ਕੋਈ ਗੱਲ ਨਹੀਂ ਪੁੱਤ, 1,00,000 ਦੀ ਸਾਡੇ ਭਾਅ ਜੁੜਦੇ ਲੋਕ। ਪਰ ਗੱਲ ਕਰ ਵੀ ਪੈਸੇ ਦਾ ਰਿਸ਼ਤੇਦਾਰੀ ਟੁੱਟ ਜਾਂਦੀ ਆ, ਉਹ ਗੱਲ ਉਹ ਮੁੜ ਕੇ ਬਣਦੀ ਨੀਗੀ। ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਪਰ ਫਿਰ ਵੀ ਆਇਆ ਜੀ, ਹੁਣ ਭਰਾ ਹੈ, ਭਰਾ ਤਾਂ ਨਾ ਐਂ ਕਰੂਗਾ ਜੀ। ਚਲੋ ਮੈਂ ਤਾਂ ਨਹੀਂ ਤੁਹਾਨੂੰ ਇਸ ਗੱਲ ਬਾਰੇ ਕਹਿ ਦਿਆ, ਤੁਹਾਡਾ ਘਰ ਤੁਸੀਂ ਸਾਹਮਣਾ, ਤੁਸੀਂ ਬਣਾਉਣਾ, ਮੈਂ ਤਾਂ ਇੱਥੋਂ ਤੱਕ ਤੁਹਾਨੂੰ ਲਿਆਉਣਾ ਸੀ ਲਿਆਂਦਾ। ਪਰ ਮਾੜਾ ਜਿਹਾ ਧਿਆਨ ਮਾਰ ਲਿਆ ਉਹਦਾ, ਮੈਂ ਜੇ ਤੁਹਾਨੂੰ ਇਸ ਗੱਲ ਤੋਂ ਐਂ ਕਹਿੰਦਾ ਕਿ ਤੇਰੇ ਚਿੱਤ 'ਚ ਐਂ ਲੱਗੂ ਵੀ ਖਾਉਣੀ ਮੇਰੇ ਭਾਈ ਨੂੰ ਲੋੜ ਪਈ ਸੀ, ਬਾਪੂ ਨੇ ਅੱਜ ਸਾਨੂੰ ਜਵਾਬ ਦਿੱਤਾ, ਮੈਂ ਤਾਂ ਜਵਾਬ ਦੇ ਕੇ ਦੇਖ ਕੀ ਲੈਣਾ। ਰਿਸ਼ਤੇਦਾਰੀ ਦਿੰਦਾ ਜੇ ਕੋਈ ਭੀੜ ਸ਼ੀੜ ਪੈ ਜਾਵੇ ਬੰਦੇ ਦੀ ਰਿਸ਼ਤੇਦਾਰੀ ਕੱਢਦਾ ਤੇ ਨੀ ਸੀ ਜੀ ਦਿਨਾਂ ਚੁੱਪ ਕਰਕੇ ਫੜਾਇਓ। ਧੋਖਾ ਕਰੂ ਤੇਰੀ ਮਾਂ ਨਾ, ਧੋਖਾ ਕੋਈ ਧੀ ਨਾਲ ਕਰਦਾ ਹੁੰਦਾ ਹੈ, ਪਰ ਉਹ ਐ ਹੈ ਵੀ ਜੇ ਉਹਨਾਂ ਦੇ ਬੱਸੇ ਨਾਲ ਇਹੀ ਕੋਈ ਗੱਲ ਕੋਈ ਇਹੋ ਜਿਹੀ ਬਣ ਗਈ, ਹੁਣ ਤਾਂ ਨੌਕਰੀ ਤੇ ਆਪਾਂ ਕਿਉਂ ਕਹੀਏ ਵੀ ਮਿਲਦੀ ਆ, ਕੁਦਰਤ ਨਾ ਕੋਈ ਕੰਪਨੀ ਨੌਕਰੀ ਦਾ, ਫਿਰ ਆਲਾ ਕਹਿ ਜੇ ਵੀ ਫਸ ਜੇ ਵੀ ਅੱਜ 10 ਰੁਪਏ ਬਣਦੇ ਨੀ ਇਸ ਬੱਸ ਕੋਈ ਟਾਈਮ ਮਾਰਾ।
ਸਮਾਂ ਹੈ ਨਹੀਂ, ਫਸਲਾਂ ਮਰੀਆਂ ਚੋਰੀਆਂ ਵਾਲੀਆਂ, ਠੱਗੀਆਂ ਚੋਰੀਆਂ ਵਾਲੀਆਂ। ਮੈਂ ਨਹੀਂ ਕਹਿੰਦਾ ਤੁਹਾਨੂੰ ਇਸ ਗੱਲ, ਪਰ ਕੁਝ ਤੋਂ ਉਹਨਾਂ ਤੋਂ ਗਾਹਕ ਚੱਲੀ ਨਾ ਜਾਵੇ ਤੇ ਫਿਰ ਉਹਦੇ ਵਿੱਚ ਪਹਿਲੂ ਤੂੰ ਆਖੇ ਵੀ ਮੈਂ ਤਾਂ ਪੈਸੇ ਦਿੱਤੇ ਮੇਰੇ ਮੋੜ ਉਹਨੂੰ ਤੇ ਨਾਮ ਕਰਾਸ ਤੁਸੀਂ ਜੀ, ਚੱਲ ਪੈਸੇ ਦਾ ਦੇਵਾਂਗੇ, ਪੈਸੇ ਦਾ ਮੈਂ ਅਕਾਊਂਟ ਚ ਪੇ ਚੱਲ ਮੈਂ ਦੇ ਦਿੰਦਾ, ਬਸ ਕੀ ਗੱਲ ਕਰ ਲਈ, ਪ੍ਰਗਟ ਆ ਜਾਊਗਾ ਪ੍ਰਗਟ ਤੇ ਆਪਣੀ ਮਾਂ ਨੂੰ ਬੁਲਾ ਲਈ, ਆ ਜਾ ਤੂੰ ਉੱਥੇ ਜਾ ਪੁੱਤ, ਤੇਰੇ ਮਾਮੇ ਨੂੰ ਬੁਲਾ, ਤੇਰੀ ਮਾਤਾ ਨੂੰ ਬੁਲਾ, ਮੈਂ ਦੋਵੇਂ ਵਗ ਜਾਓ ਬਹਿ ਕੇ ਕਿਸੇ ਦੇ ਰਾਹੀਂ ਨਾਲ ਆਵੇ, ਉਹ ਇਕੱਲੇ ਕੋਈ ਗੱਲ ਨਹੀਂ, ਪੈਸੇ ਦੀ ਕੋਈ ਖਾਸ ਗੱਲ ਹੁੰਦੀ, ਜੇ ਹੁਣ ਕੱਲ ਨੂੰ ਇਹਨੂੰ ਲੋੜ ਪੈਂਦੀ ਲੱਖ ਨੂੰ ਲੱਖ ਰੁਪਇਆ ਕੋਈ ਆਪਾਂ ਇਹਦੇ ਲੈ ਆਉਂਦਾ ਕੋਈ ਖਰਾਬ ਦਾ, ਇਹ ਵੀ ਆਪਣਾ ਉਹ ਵੀ ਆਪਣਾ, ਮੈਂ ਨਹੀਂ ਕਹਿੰਦਾ ਵੀ ਤੈਨੂੰ ਉਹ ਕਰਾਂ, ਪਰ ਥੋੜ੍ਹਾ ਜਿਹਾ ਗਾਹਾਂ ਬਾਤੇ ਵਾਲੀ ਗੱਲ ਨੂੰ ਸਮਝ ਲੈ ਤੂੰ, ਮੈਂ ਦੂਜੀ ਤੈਨੂੰ ਗਲਤ ਕਿਹਾ ਵੀ ਇਹ ਰਿਸ਼ਤੇਦਾਰੀਆਂ ਟੁੱਟਣ ਨੂੰ ਥਾਂ ਹੋ ਜਾਂਦਾ ਬਸ, ਵੀ ਆਪਦੇ ਮਾਮੇ ਮੂਮੇ ਦੇ ਰਾਹੀਂ ਵਿੱਚ ਸਾਲੀ ਤੇ ਬੰਦਾ ਹੋਰ ਤਾਂ ਬੰਦਾ ਪਾ ਨਹੀਂ ਸਕਦਾ, ਪਹਿਲਾਂ ਇੱਥੋਂ ਪਾਈਏ ਨਾ ਕੋਈ ਉਹਨਾਂ ਸਰੀਕੇ ਵਾਲਾ ਪਾ ਸਕਦੇ, ਨਹੀਂ ਹੱਕ ਬਣਦਾ ਆਪਣਾ ਸਰੀਕੇ ਵਾਲੇ ਪਾਉਣ ਦਾ, ਵੀ ਤੇਰੇ ਮਾਮੇ ਨੂੰ ਵਿੱਚ ਲੈ ਲਈ ਕੋਈ ਗੱਲ ਨਹੀਂ, ਦੇ ਦਿਓ ਪੈਸੇ ਤਾਂ ਦੇ ਰਿਹਾ ਜਵਾਕ ਦਾ ਕੰਮ ਬਣ ਕੇ ਚੰਗੀ ਗੱਲ, ਚੱਲ ਫਿਰ ਮੈਂ ਕਢਵਾ ਲਿਆ ਅੱਜ ਪੈਸੇ ਤੇ ਤੂੰ ਪੜਾ ਲਈ ਫਿਰ ਉਹਨਾਂ ਨੂੰ, ਫਿਰ ਗੱਲ ਤੁਸੀਂ ਵੀ ਪ੍ਰਗਟ ਨਾਲ ਗੱਲ ਕਰ ਲਿਓ, ਫਿਰ ਤੁਸੀਂ ਮੇਰੇ ਤੇ ਵੀ ਨਾ ਰਹਿਓ, ਫਿਰ ਤੁਸੀਂ ਨਹੀਂ ਤੂੰ ਬਸ ਹੁਣ ਬੁਲਾ ਹੀ ਲਿਓ, ਕੱਲ ਨੂੰ ਬੁਲਾ ਲਈ ਇੱਥੇ, ਬੁਲਾ ਲਈ ਮੰਮੀ ਤੇ ਇੱਥੇ ਬੁਲਾ ਲਓ, ਜਾਂ ਤੁਸੀਂ ਦੋਵੇਂ ਉੱਥੇ ਜਾਇਓ ਪੁੱਤ, ਚੱਲ ਦੇਖਦਾ ਮੈਂ ਜਿਵੇਂ ਪਹਿਲਾਂ ਮੈਂ ਪੈਸੇ ਕਢਵਾ ਲਿਆ, ਉਹ ਕਰ ਲਓ ਚਲੋ ਠੀਕ ਹੈ, ਆਪਾਂ ਕਿ ਉਹਨਾਂ ਨਾ ਪਾਈਏ ਕੱਲ ਨੂੰ ਨੱਕ ਬੁੱਲ ਕੱਢਣ ਲੱਗ ਜਾਣ ਆਪਣਾ, ਵੀ ਕੋਈ ਕੰਮ ਆਮਣੇ ਅੱਖਣ ਵੀ ਖਮਣੀ ਬੁੜੇ ਦੇ ਨਾ ਪਾਇਆ ਸੀ, ਜਦੋਂ ਜਵਾਕ ਦਾ ਤਾਂ ਨਹੀਂ ਕੋਈ ਬਣਿਆ, ਐਵੇਂ ਆਪਾਂ ਆਪਦੀ ਰੋਟੀ 'ਚ ਲੱਤ ਮਾਰ ਗਏ, ਕੱਲ ਨੂੰ ਨੱਕ ਬੁੱਲ ਕੱਢ ਕੇ ਰੋਟੀ ਫੜਾਉਣ ਲੱਗ ਜਾਂਦੇ ਮੂੰਹੋਂ, ਫਿਰ ਜੇ ਕਿਸੇ ਭਾਈ ਦਾ ਜੋ ਨਾ ਕੰਮ ਆ ਖੁੱਲ੍ਹਿਆ, ਚਲੋ ਪਰਮਾਤਮਾ ਭਲੀ ਕਰੂ। ਹਰਪ੍ਰੀਤ, ਹਾਂਜੀ ਸਦੋਂ ਦਾ ਹੋ ਗਿਆ ਪ੍ਰਗਟ ਕਰਕੇ, ਬਸ ਵੀਡੀਓ ਦਾ ਫੋਨ ਆਇਆ ਸੀ, ਅੱਧਾ ਘੰਟਾ ਹੋ ਗਿਆ ਰਹਿੰਦਾ ਤੱਕ ਪਿਆ ਸੀ ਭੈਣੇ, ਬਸ ਪਹੁੰਚਣਾ ਹੀ ਆ। ਅੱਛਾ ਚਲੋ ਫਿਰ ਤਾਂ ਆਉਣ ਵਾਲੇ ਹੁੰਦੇ, ਮੈਂ ਚਾਹ ਚੁੱਕ ਕਰਦਾ ਫਿਰ ਆਇਆ, ਉਹਨਾਂ ਨੇ ਬੈਠਣਾ ਨਹੀਂ ਸੀ ਨਾ, ਚੱਲ ਧਰ ਲਾ ਚਾਹ, ਮੈਂ ਤੁਹਾਨੂੰ ਤਾਂ ਦੇ ਪੈ ਗਿਆ ਸੀ, ਹਾਂਜੀ ਵੀ ਚੱਲ ਆਪਾਂ ਪੈਸੇ ਦਾ ਦੇ ਜਾਂਦੇ ਹਾਂ, ਜੇ ਇਹੋ ਜਿਹੀ ਕੋਈ ਕੰਪਨੀ ਦਾ ਹੈਗੀ ਵੀ ਜਿਹੜੇ ਪਹਿਲੇ ਰੁਪਏ ਭਰਾਈ ਜਾਂਦੇ, ਭਾਈ ਤਾਂ ਮੈਂ ਵੀ ਨਹੀਂ ਸੋਚਿਆ ਜੀ, ਹਾਂਜੀ ਆਪਣੀ ਮਾਂ ਪੁੱਤਾਂ ਦੀ ਗੱਲ ਹੈਗੀ, ਹਾਂ ਜਿਹੜੇ ਕੰਮ ਆਇਆ ਪੁੱਤ ਇਹ ਜਵਾਕਾਂ ਨੂੰ ਸਾਨੂੰ ਇਹਦੇ ਪਤਾ ਹੀ ਹੈ, ਤੁਹਾਡੇ ਸਾਰਾ ਪੱਕਿਆ ਨੇ ਤਾਂ ਜਿੰਨੀ ਉਹਦਾ ਵੀ ਖਰਚਾ ਵਾਹਵਾ ਆ ਜਾਂਦਾ, ਤਨਖਾਹ ਵੀ ਚੰਗੀ ਹੈਗੀ, ਚੰਗੀ ਹੈ।
ਤੇ ਮੋਹਣ ਨਾ ਪਤਖਾ ਨਾ ਮੈਂ ਕੋਲ ਨਾ ਕਰੂੰਗਾ ਚਾਹ ਮੈਂ ਕੰਮ ਨਹੀਂ ਲਿਆ ਸੀ ਛੋਟਾ ਜਿਹਾ ਸਨੇਹ ਨਹੀਂ ਹੁੰਦੇ ਤਾਂ ਮੈਂ ਕਰਦੀ ਫੜ ਲਿਆ ਸੀ ਅੱਛਾ ਪਰ ਆ ਲੈ ਚਾਹ ਭਾਈ ਸਾਰਾ ਛੇ ਤੇਰੇ ਐਨੇ ਵੀ ਅੱਧ ਬੋ ਰੱਖ ਲਾ ਕਰ ਤੇ ਆਪ ਦਾ ਤਾਂ ਉਹੀ ਗੱਲ ਬੰਦਾ ਸੋਚਦਾ ਹੀ ਹੈ ਕੁਛ ਨਾ ਕੁਛ ਉਹ ਰਿਸਕ ਲੈ 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 ਆ ਗੈਲ ਲੋ ਜੀ ਗੈਲ ਨੇ ਤੇ ਵੀ ਪੈਸੇ ਹੁਣ ਲੈ ਵੀ ਹਾਂ ਹਾਂਜੀ ਲੈ ਨਹੀਂ ਹੁਣ ਵੀ ਹਾਂ ਜੀ ਚਲ ਬੁੱਧ ਸੋਥੋ ਕੀ ਹੋਊਗਾ ਹੁਣ ਤੁਹਾਡੇ ਦਿਨੇ ਹੋਇਆ ਕਿੱਥੇ ਖਲਾਰਾ ਪਾਵਾਂ ਲੱਗਦਾ ਮੋੜ ਤੋਂ ਦੇ ਰਿਹਾ ਤੂੰ ਮੋੜ ਤਾਂ ਬਾਈ ਪਹਿਲੀ ਜਦ ਤਨਖਾਹ ਆ ਗਈ ਪਹਿਲਾਂ ਤੇ ਰੀ ਮੋੜ ਠੀਕ ਹਾਂ ਚਲੋ ਜੀ ਮੈਂ ਪੜ੍ਹਾਈ ਕਰੀ ਸੀ ਪਰਮਾਤਮਾ ਨੇ ਮਿਹਨਤ ਕਰਦੇ ਪਾ ਦੇ ਜਵਾਬ ਦੇ ਪਾਉਂਗਾ ਪਾਉਂਗੇ ਤਾਂ ਮਿਹਨਤ ਕਰਦੇ ਪਾਉਂਗੀ ਮਿਹਨਤ ਕਰੂਗਾ ਤੇ ਮਿਹਨਤ ਕਰੇ ਬੋਲ ਕੋਈ ਨਾ ਮਹੀਨਾ ਠਹਿਰ ਕੇ ਦਿੱਤੇ ਜਾਣਗੇ ਕੋਈ ਨਵਾਂ ਜਦੋਂ ਨੌਕਰੀ ਤੇ ਲੱਗ ਗਿਆ ਨਾ ਪਹਿਲਾਂ ਹੀ ਤਨਖਾਹ ਤੇ ਮੈਨੂੰ ਸੂਟ ਬਣਾ ਦੀ ਵਧੀਆ ਜਮਾ ਭੈਣੇ ਤੈਨੂੰ ਪਹਿਲਾਂ ਤੈਨੂੰ ਸੂਟ ਲੈ ਕੇ ਹਾਂ ਬਾਪੂ ਜੀ ਨੂੰ ਤਾਂ ਅਸੀਂ ਪੁੱਛ ਲਿਆ ਕੋਈ ਨਾ ਤੁਸੀਂ ਬੇਫਿਕਰ ਹੋ ਜਾਓ ਬਾਪੂ ਜੀ ਨੂੰ ਤਾਂ ਪੁੱਛ ਕੇ ਹੀ ਅਸੀਂ ਪੁੱਛ ਲਿਆ ਤੂੰ ਬਿਨਾ ਨਹੀਂ ਆਏ ਫਿਰ ਲੋਟ ਨਹੀਂ ਆਉਂਦਾ ਘਰਦੇ ਵੱਡੇ ਬਜ਼ੁਰਗ ਤੋਂ ਚਲੋ ਫਿਰ ਮਾਂ ਜਾ ਕੇ ਮੈਂ ਪੈਕਿੰਗ ਵੀ ਕਰਨੀ ਕੱਪੜੇ ਦੇ ਵਿੱਚ ਠੀਕ ਹੈ ਬੜਾ ਧਿਆਨ ਨਾਲ ਚਾਹੀ ਕਰ ਬੈਠੇ ਚੰਗਾ ਮਾਂ ਚੰਗਾ ਭਾਈ ਚੰਗਾ ਭਾਈ ਓਕੇ ਚਲ ਬਹਿ ਹੁਣ ਮੈਂ ਵੀ ਚੱਲ ਖੇਤ ਆਪਾਂ ਗੇੜਾ ਮਾਰਿਆ ਮਾਂ ਤੇ ਨਾਲੇ ਫਿਰ ਕੱਲੂ ਪਾਣੀ ਦੀ ਵਾਰੀ ਹੈ ਤੇ ਸਰੋਂ ਵੀ ਆਪਣੀ ਤਾਈ ਕੀ ਆਉਣਾ ਚਲ ਹੁਣ ਤਾਂ ਬੇਚਾਰੇ ਨੂੰ ਨੌਕਰੀ ਮਿਲ ਚੁੱਕੀ ਹੈ ਨਾ ਜਵਾਬ ਮੇਰੇ ਜੂ ਨੌਕਰੀ ਦਾ ਜੂ ਰੱਖ ਕੇ ਜੂ ਕਰਾ ਦਿੱਤਾ ਲੱਖ ਰੁਪਏ ਵਾਸਤੇ ਉਸ ਤਨਖਾਹ ਵੀ ਉੱਤੇ ਨਹੀਂ ਹੋਇਆ ਡੇਢ ਲੱਖ ਰੁਪਏ ਉਹ ਤਨਖਾਹ ਉਹ ਬੰਦਾ ਜ਼ਿੰਮੇਵਾਰੀ ਵਾਲਾ ਹੋ ਗਿਆ ਨਾ ਕਿਤੇ ਹੁਣ ਤੇਰੇ ਨਾਲ ਧੋਖਾ ਹੋ ਗਿਆ ਕੋਈ ਨਹੀਂ ਧੋਖਾ ਹੋ ਗਿਆ ਬੰਦਾ ਵਧੀਆ ਸਾਰੇ ਦਾ ਕੋਈ ਐਕਟ ਕਰਨਾ ਕੰਮ ਨਹੀਂ ਹੈ ਜਿਹਦੀ ਮੈਂ ਇੱਕ ਚੀਜ਼ ਦਾ ਮੈਂ ਚਲਾਕ ਦਾ ਮਾਰਾ ਹੈ ਚਲਾਕ ਮਾਰਾ ਹੈ ਕਿਸੇ ਦੇ ਤਨਖਾਹ ਵਿੱਚ ਨਹੀਂ ਹੁੰਦਾ ਬਾਕੀ ਮੇਰੇ ਦੀ ਮੇਰੇ ਦੀ ਨਹੀਂ ਨੌਕਰੀ ਦੇ ਮੁਲਕ ਤੇ ਲੇਟ ਹੋ ਗਿਆ ਤੇ ਜਲੀ ਹੋ ਜਾਊਗਾ ਤੂੰ ਆਈ ਨਹੀਂ ਪਤਾ ਹੁੰਦਾ ਇਹ ਜੇ ਭੋਲੇ ਜੇ ਦੇ ਕੰਮ ਵਾਲੇ ਤੇਜ਼ ਹੋਣ ਹਨਾ ਮੈਂ ਤੈਨੂੰ ਐ ਦੱਸ ਦਿੰਦਾ ਸੀ ਪ੍ਰਗਟ ਨੂੰ 2 ਮਹੀਨੇ ਹੋ ਗਏ ਹੋਣਾ ਹਾਂਜੀ
ਤੇ ਬਾਕੀ ਆ ਬਾਣ ਆਪਣੇ ਨਾਲ ਲੱਗਦਾ ਬਾਣ ਮਿਲਦਾ ਆਪਾਂ ਨੂੰ ਠੇਕੇ ਤੇ ਪਾਣੀ ਚ ਪਾਣੀ ਰਲਦਾ ਠੀਕ ਹੈ ਜੀ ਤੇ ਮੈਂ ਇਹ ਬਾਣ ਲੈ ਲੂੰਗਾ ਫਿਰ ਇਹਨੂੰ ਪੈਸੇ ਦੇਣੇ ਹੋਣਗੇ ਉਹ ਤਾਂ ਵਧੀਆ ਨੇ ਜਿੱਥੇ ਆਪਣਾ ਆਪਦਾ ਪਲੂਗਾ ਉੱਥੇ ਨਾਲ ਠੇਕੇ ਵਾਲਾ ਬਾਣ ਪਲ ਜੂਗਾ ਠੇਕੇ ਤਾਂ ਚਲ ਦੋ ਮੰਦਾਣੇ ਹੋ ਜਾ ਕਰਨਗੇ ਹਾਂ ਇਹ ਤਾਂ ਸੁਖੀ ਹੈ ਬਾਕੀ ਪਾਣੀ ਦੀ ਕਰਕੇ ਲੈਣਾ ਮੈਂ ਪਾਣੀ ਚ ਪਾਣੀ ਰਲਦਾ ਚਲੋ ਵਧੀਆ ਸਵਾਦੀ ਨਾਲੇ ਆਪਾਂ ਨੂੰ ਸੁੱਖ ਹੋ ਜੂਗਾ ਨੇੜੇ ਬਾਣ ਵੱਧ ਹੋ ਜੂ ਤੇ ਆਉਣਗੇ ਪ੍ਰਗਟ ਵਰਗੇ ਪ੍ਰਗਟ ਤਾਂ ਜੀ ਮੇਰੀ ਗੱਲ ਨਹੀਂ ਹੋਈ ਉਹ ਮਾਂ ਅੱਜ ਐਂ ਕਹਿੰਦੀ ਸੀ ਵੀ ਅੱਜ ਆਉਣਾ ਪ੍ਰਗਟ ਨੇ ਬਸ ਫਿਰ ਉਹ ਜਿਹਨੂੰ ਪੈਸਿਆਂ ਨੂੰ ਕਹੀਂ ਫਿਰ ਪੈਸਿਆਂ ਨੂੰ ਤਾਂ ਮੈਂ ਕਹਿ ਦੂੰਗੀ ਦੋ ਮਹੀਨੇ ਹੋ ਗਏ ਹਾਂ ਕੋਈ ਨਾ ਕਹਿ ਦੂੰਗੀ ਪੈਸਿਆਂ ਨੂੰ ਉਹ ਦੇਖਦੇ ਨਾ ਪਹਿਲੀ ਤਨਖਾਹ ਤੇ ਦੇ ਦੂੰਗਾ ਉਹ ਤਾਂ ਇਹ ਕਹਿੰਦਾ ਸੀ ਕਹਿੰਦਾ ਭੈਣੇ ਪੱਕੀ ਨੌਕਰੀ ਮਿਲ ਜੂਗੀ ਬਸ ਮੈਨੂੰ ਕਿਹੜਾ ਟ੍ਰੇਨਿੰਗ ਲਾ ਕੇ ਨਾ ਬਸ ਫਿਰ ਅੱਜ ਪੁੱਛ ਲਈ ਪੁੱਛ ਤਾਂ ਲਉਂਗੀ ਜੀ ਮੈਂ ਤੇ ਬਸ ਫਿਰ ਤੂੰ ਚੱਲ ਚੰਗਾ ਮੈਂ ਚਾਹ ਪੀ ਕੇ ਆ ਜੂੰਗਾ ਫਿਰ ਠੀਕ ਹੈ ਜੀ ਉਹ ਕੱਖ ਕੰਡਾ ਕੱਢਦਾ ਤੇ ਦਿਹਾੜੀਆਂ ਜਗਾਵੜੇ ਮੈਂ ਤਾਂ ਉਹਦੀ ਵੀ ਬਾਟੀ ਲਿਆਈ ਮੈਂ ਦਿਹਾੜੀਆਂ ਤਾਂ ਉਹ ਪਾਸੇ ਐਂ ਕਰਦੇ ਹੁੰਦੇ ਆ ਆ ਗਏ ਤੜਕੇ ਜਿਹੜਾ ਗੱਲ ਹੁੰਦਾ ਪੱਕਾ ਆ ਜੂੰਗਾ ਅੱਜ ਆਇਆ ਨਹੀਂ ਅਜੇ ਮੈਂ ਫੋਨ ਕਰਿਆ ਬਸ ਆ ਗਿਆ ਉਹਨੂੰ ਤੈਨੂੰ ਪਤਾ ਕਿੱਥੋਂ ਆਉਂਦੇ ਆ ਚਲ ਮੈਂ ਸਬਜ਼ੀ ਜੀ ਲੈ ਜੂ ਚੰਗਾ ਗਾਜਰਾਂ ਜੀਆਂ ਕੱਢ ਕੇ ਚੰਗਾ ਆ ਗੋਭੀ ਲੈ ਜਾ ਹਾਂ ਗੋਭੀ ਲੈ ਕੇ ਜਾਂਦੀ ਹਾਂ ਸਤਿ ਸ਼੍ਰੀ ਅਕਾਲ ਮਾਂ ਸਤਿ ਸ਼੍ਰੀ ਅਕਾਲ ਹੋਰ ਪੁੱਤ ਠੀਕ ਠਾਕ ਹੈਂਗਾ ਠੀਕ ਹੀ ਆ ਬਸ ਮਾਂ ਆਏ ਜੀ ਕਾ ਤੁਹਾਡਾ ਦੁੱਖ ਦੁਖਦਾ ਨਹੀਂ ਮਾਂ ਗੱਲ ਤਾਂ ਬਾਲੀ ਵੱਡੀ ਹੋ ਗਈ ਕੀ ਹੋ ਗਿਆ ਜਿਹੜੇ ਮੈਂ ਲੱਗਿਆ ਸੀ ਨਾ ਕੰਮ ਲਈ ਰੁਪਈਏ ਭਰੇ ਸੀਗੇ ਮੇਰੇ ਨਾਲ ਤਾਂ ਠੱਗੀ ਵੱਜ ਗਈ ਵਾਹਰੂ ਵਾਹਰੂ ਪੂਰਾ ਪਤਾ ਜਮੀ ਪੱਟੇਗੇ ਮੁਸੀ ਦਾਜ ਬਣਾਵਾਂਗੇ ਮੈਂ ਤਾਂ ਰੁਪਈਏ ਜਿਹੜੇ ਕੋਲੇ ਭਰੇ ਸੀਗੇ ਉਹ ਤਾਂ ਰੁਪਈਏ ਲੈ ਕੇ ਭੱਜ ਗਿਆ ਬੰਦਾ ਹਾਏ ਹਾਏ ਕੋਈ ਨਾਲ ਹੈ ਨਹੀਂ ਸੀਗਾ ਕੋਈ ਮੁੰਡਾ ਹੋਰ ਨਾਲ ਉਸ ਟਾਈਮ ਕੋਈ ਵੀ ਹੈ ਨਹੀਂ ਸੀ ਜਦੋਂ ਮੈਂ ਰੁਪਈਏ ਫੜਾਏ ਸੀਗੇ ਮੈਨੂੰ ਤਾਂ ਐ ਸੀਗਾ ਵੀ ਅੱਗੇ ਜਾ ਕੇ ਭਰ ਦੂਆ ਕੰਪਨੀ ਚੋਂ ਫਿਰ ਤਾਂ ਪੁੱਤ ਆਪਾਂ ਨੂੰ ਕਾਹਦੀ ਦਾਅ ਦੇਣੀ ਸੀਗੀ ਜੇ ਆਪਾਂ ਤਾਂ ਉਹ ਕੁੜੀ ਤੋਂ ਫੜੀ ਬੈਠੇ ਹਾਂ ਹੁਣ ਕੀ ਦਾਜ ਬਣਾਵਾਂਗੇ ਹੁਣ ਤਾਂ ਜਮੀ ਪੱਟੇ ਗਏ ਵਾ ਹੁਣ ਕਾਹਦੇ ਦੇਵਾਂਗੇ ਉਹਨਾਂ ਨੂੰ ਵੀ ਕਾਹਦੇ ਮੈਨੂੰ ਤਾਂ ਉਸੇ ਦੀ ਟੈਨਸ਼ਨ ਲੱਗ ਰਹੀ ਹੈ ਵੀ ਮੈਂ ਭੈਣ ਨੂੰ ਕੀ ਜਵਾਬ ਦੇਵਾਂਗਾ ਹੁਣ ਜਾ ਕੇ ਮੈਨੂੰ ਨਾ ਤਾਂ ਨਾ ਫੋਨ ਆਈ ਜਾਂਦਾ ਸੀ ਹੁਣ ਤੂੰ ਤਾਂ ਮੈਨੂੰ ਆ ਗਾ ਜਵਾਬ ਸੁਣਾ ਪਾ ਕੇ ਉਹ ਤਾਂ ਕਹਿੰਦੇ ਸਾਡਾ ਤਾਂ ਨਾਲ ਲੱਗਦਾ ਪਾਣ ਮੰਨਦਾ ਪੁੱਤ ਪੈਸੇ ਚਾਹੀਦੇ ਆ ਉਹਨਾਂ ਤਾਂ ਹੁਣ ਫਿਰ ਮਾਂ ਮੈਂ ਕਿਵੇਂ ਕਰਾਂ ਜੇ ਹੁਣ ਮੇਰੇ ਕੋਲੇ ਹੁੰਦੇ ਤਾਂ ਮੈਂ ਰੁਪਈਏ ਦੇ ਦਿੰਦਾ ਹੁਣ ਤੈਨੂੰ ਆਪ ਨੂੰ ਵੀ ਪਤਾ ਠੱਗੀ ਤਾਂ ਮੇਰੇ ਨਾਲ ਵੱਜ ਗਈ ਮੇਰਾ ਤਾਂ ਦਿਮਾਗ ਉਸੇ ਪਾਸੇ ਘੁੰਮੀ ਜਾਂਦਾ ਹੈਗਾ ਹੁਣ ਮੈਂ ਉਹਨਾਂ ਨੂੰ ਕਿੱਥੋਂ ਲਿਆ ਕੇ ਦੇ ਰੁਪਈਏ ਨਾ ਹੀ ਮੇਰੇ ਕੋਲੇ ਹੁਣ ਰੁਪਈਏ ਹੈਗੇ ਹੈ ਪੁੱਤ ਤੇਰਾ ਦਿਮਾਗ ਤਾਂ ਘੁੰਮੀ ਜਾਂਦਾ ਹੈ ਆਏ ਹੁਣ ਆਪਾਂ 30 ਨੌਕੇ ਮੇ ਟੁੱਟਾਂਗੇ ਤਾਂ ਉਹਨੂੰ ਮੇਨੇ ਵੱਜਣਗੇ ਪੁੱਤ 30 ਨੂੰ ਵੀ 30 ਵੀ ਔਖੀ ਹੋ ਜੂਗੀ ਮੇਨੇ ਹੁਣ ਉਹਦੇ ਵਿਆਹ ਤੇ ਥੋੜੇ ਰੁਪਈਏ ਲਾਏ ਸੀ 10 ਲੱਖ ਰੁਪਈਆ ਤਾਂ ਉਹਦੇ ਵਿਆਹ ਤੇ ਲਾਤਾ ਹੁਣ ਜੇ 1 ਲੱਖ ਰੁਪਈਆ ਉਹਨਾਂ ਦਾ ਆਪਣੇ ਕੋਲੇ ਆ ਗਿਆ ਫਿਰ ਕਿਹੜੀ ਗੱਲ ਹੈਗੀ ਉਹ ਤਾਂ ਆਵਲਾ ਨਹੀਂ ਨਾ ਸੋਚਣਾ ਬਗਾਨਿਆਂ ਨੇ ਆਪਣੀ ਤਾਂ ਸੋਚ ਰੂਗੀ ਉਹਨਾਂ ਨੇ ਨਹੀਂ ਸੋਚਣਾ ਉਹ ਆਖਣਗੇ ਹੁਣ ਲੈ ਮੋਟੇ ਲੈਣ ਲੱਗਦੇ ਪੈਸੇ ਜੇ ਸਾਡੇ ਵਿਆਹ ਤੇ ਲਾ ਲਈਏ ਕੋਈ ਨਾ ਮੇਰੇ ਵਿਆਹ ਤੇ ਘੱਟ ਲਾ ਦਿਓ ਇਹ ਜੇ ਉੱਤ ਜਦੋਂ ਵਿਆਹ ਹੋਊਗਾ ਦੇਖੀ ਜਾਊ ਹੁਣ ਉਹਨੂੰ ਕੀ ਜਵਾਬ ਦੇਵਾਂ ਫਿਰ ਮੈਂ ਐਂ ਕਰਦੀ ਹਾਂ ਤੂੰ ਤਾਂ ਹੁਣ ਐਡੀ ਰੁੱਖੀ ਗੱਲ ਕਰਦੀ ਪੁੱਤ ਜੇ ਉਹਨਾਂ ਨੂੰ ਆਹ ਗੱਲ ਦੀ ਸੋ ਆ ਵੀ ਫਿਰ ਤਾਂ ਸਕਰੀਨ ਟੁੱਟਣ ਵਾਲਾ ਕੰਮ ਹੋ ਜੂਗਾ ਜਿਵੇਂ ਤੈਨੂੰ ਠੀਕ ਲੱਗਦਾ ਮਾਂ ਤੂੰ ਉਵੇਂ ਕਰ ਲਾ ਮੈਨੂੰ ਨਾ ਪਤਾ ਮੈਂ ਆਪਣੇ ਦਿਮਾਗ ਨਾਲ ਕਰਦੀ ਹਾਂ ਪੁੱਤ ਪੀ ਪਾਣੀ ਤਾਂ ਕੀ ਲਾਜ ਬਣਾਵਾਂਗਾ ਕੋਈ ਗੱਲ ਨਹੀਂ ਤਾਂ ਹੁਣ ਲੈ ਉਹ ਰੁੱਖਾ ਬੋਲਣ ਵਾਲੀ ਗੱਲ ਹੋ ਗਈ ਨਾ ਪੰਜੋ ਅਗਦਾ ਸਿਆਣੇ ਕਹਿੰਦੇ ਹੁੰਦੇ ਨੇ ਆ ਕੇ ਪੈਸੇ ਦੇ ਕੇ ਨਾ ਸਕਰੀਨ ਤੋੜਨਾ ਹੈਗਾ ਅੱਛਾ ਉਹਨੇ ਤਾਂ ਇੱਦੇ ਔਖੇ ਹੋ ਕੇ ਪੈਸੇ ਦਿੱਤੇ ਤੇ ਹੁਣ ਲੈ ਕਿੱਦਾਂ ਕੱਲ੍ਹ ਦਾ ਜਵਾਕ ਹੈ ਤੇ ਦੇਣ ਵੇਲੇ ਲੈ ਕਿੱਦਾਂ ਰੁੱਖਾ ਬੋਲਿਆ ਐਂ ਵੀ ਨਹੀਂ ਕਹਿੰਦਾ ਵੀ ਮਾਂ ਆਪਾਂ ਦੇ ਦਿਆਂਗੇ ਹੌਲੀ ਹੌਲੀ ਤੇ ਹੁਣ ਲੈ ਰੁੱਖਾ ਹੀ ਬੋਲਣ ਲੱਗ ਗਿਆ ਹੁਣ ਮਾਂ ਨੂੰ ਤਾਂ ਭਾਈ ਕੋਈ ਹੱਲ ਲੱਭਣਾ ਧੀ ਨੂੰ ਮਿਹਣੇ ਦੇਣਗੇ ਮਾਂ ਤਾਂ ਕੋਈ ਹੱਲ ਲੱਭਣਾ ਹੀ ਪਊਗਾ ਐਂ ਕਰਦੀਆਂ ਫਿਰ ਜਿਹੜਾ ਸਿਆਉਣਾ ਪਿਆਰ ਦਾ ਕੇਰਾਂ ਅੱਖਾਂ ਠੰਡੀਆਂ ਕਰ ਦਿੰਦੀਆਂ ਵੀ ਭਾਈ ਲੈ ਇਹ ਤੇ ਚੱਕ ਚੁੱਕ ਲਓ ਪੈਸੇ ਫਿਰ ਛੜਾ ਛੜੂ ਲਾਂਗੇ ਹਰਪ੍ਰੀਤ ਨਾਲ ਆਪ ਹੀ ਜਾਂਦੀ ਆ ਹਰਪ੍ਰੀਤ ਕੋਲ ਹੁਣ ਕੀ ਲਾਜ ਬਣਾਵਾਂ ਧੀ ਦਾ ਵੀ ਪੜਦਾ ਰੱਖਣਾ ਪਊਗਾ ਕਹਾਂ ਅਗਲੇ ਦੇ ਬੁੜਾ ਹੈਗਾ ਬੁੜੇ ਨਾ ਸੌ ਘਰ ਘਰ ਰੋਕ ਦਿੰਦਾ ਜੇ ਘਰੇ ਬੁੜੀ ਹੋਵੇ ਸਿਆਣੀ ਉਹੀ ਗੱਲਾਂ ਹੀ ਨਹੀਂ ਪਤਾ ਉਹਨਾਂ ਤਾਂ ਬੁੜਾ ਮਿਹਣੇ ਦੇਣ ਲੱਗ ਗਏ।
ਲਵਾ ਤੂੰ ਆਈ ਆਣੀ ਸੁੱਤੀ ਉੱਠ ਗਈ ਹੁਣ ਕੀ ਸੁੱਤਾ ਲਿਆ ਸੀ ਸੁੱਖ ਵੀ ਆ ਤੇ ਸੁੱਖ ਵੀ ਹੈ। ਅੱਛਾ ਹੁਣ ਤਾਂ ਏਡੀ ਤਾਂ ਕੋਈ ਗੱਲ ਨੀ ਗੱਲ ਕਰ ਜਿਹੜੇ ਪੁੱਤ ਪਰ ਲੈ ਕੇ ਗਿਆ ਸੀ। ਅੱਛਾ ਠੱਗੀ ਹੋ ਗਈ ਉਹਦੇ ਨਾਲ ਤਾਂ ਮੈਂ ਤਾਂ ਉਹੀ ਗੱਲਾਂ ਤੋਂ ਤਾਂ ਡਰਦੀ ਸੀ। ਸਾਡਾ ਤਾਂ ਮਾਂ ਪੁੱਤਾਂ ਦਾ ਦਿਮਾਗ ਖਲ ਰਿਹਾ ਪੁੱਤ। ਚਲ ਕੋਈ ਨਾ ਤੂੰ ਐਵੇਂ ਨਾ ਬੋਝ ਪਾ। ਸਾਡਾ ਫੋਨ ਨੀ ਵਾਗਿਆ ਸੀ ਨਾਲ ਲੱਗਦਾ ਬਾਹਨ ਕਹਿੰਦਾ ਸੀ ਕੁਲਦੀਪ ਕਹਿੰਦਾ ਵੀ ਮੈਂ ਹੁਣ ਬਾਹਨ ਲੈ ਲੂੰਗਾ। ਮੈਂ ਆਖਿਆ ਚੱਲ ਮਾਏ ਦਾ ਮੱਥੇ ਲੱਗਾ ਉਹ ਤਾਂ ਆ ਗਿਆ ਸੀਗਾ ਮੁੰਡਾ ਤਾਂ। ਅੱਛਾ ਕਹਿੰਦਾ ਵੀ ਮਾਂ ਆਪਾਂ ਕਿੱਥੋਂ ਦੇਵਾਂਗੇ ਪੈਸੇ। ਮੈਂ ਆਖਿਆ ਪੁੱਤ ਇੱਡੀ ਗੱਲ ਹੈ ਹੁਣ ਆਪਾਂ ਜਿਵੇਂ ਫੜ ਕੇ ਲਿਆਂਦੇ ਮੈਂ ਮੱਥੇ ਤਾਂ ਲੱਗਾ ਉਹਨਾਂ ਦੇ ਜਿੰਨੇ ਕੀ ਪੈਸੇ ਹੈਗੇ। ਉਹ ਤਾਂ ਪੁੱਛਿਆ ਨੀ ਵੀ ਕੀ ਗੱਲ ਹੋਊਗੀ ਵੀ ਉਹ ਕੀ ਗੱਲ ਹੋ ਗਈ ਤਾਂ ਕਹਿੰਦਾ ਲੈ ਕੀ ਭੱਜ ਗਿਆ ਤਾਂ ਪੈਸੇ ਕੰਪਨੀ ਵਾਲੇ ਕਹਿੰਦਾ ਮੁੜ ਕੇ ਆਹੀ ਨੀ ਕੋਈ ਗੱਲ ਦਿੱਤੀ ਨਾ ਤਾਂ ਕੋਈ ਬੰਦਾ ਸੀ ਨਾਲ ਬਸ ਉਹੀ ਨਿਆਣ ਪੁਣੇ ਵਾਲੀਆਂ ਗੱਲਾਂ ਰਹਿ ਗਈਆਂ। ਮੈਨੂੰ ਤਾਂ ਪਹਿਲਾਂ ਹੀ ਟੈਨਸ਼ਨ ਹੋਈ ਪਈ ਸੀ ਮੈਂ ਕਿਹਾ ਨਿਆਣਾ ਹੈਗਾ ਵੀ ਹੱਥਾਂ ਤੇ ਚੜ ਜੂ ਕਿਸੇ ਦੀ ਬਸ ਐਂ ਦਿਮਾਗ ਖਾ ਲੈ ਮੇਰਾ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਤੂੰ ਨਿਆਣਾ ਸੀ ਮੈਨੂੰ ਤਾਂ ਤੇਰੀ ਟੈਨਸ਼ਨ ਸੀ ਵੀ ਤੂੰ ਘਬਰਾਏਗਾ ਵੀਰੇ ਇਹ ਗੱਲਾਂ ਇਹ ਜਿਹੀਆਂ ਨੀ ਹੁੰਦੀਆਂ ਜਿਹੜੀਆਂ ਨੌਕਰੀਆਂ ਆਏ ਨੀ ਮਿਲਦੀਆਂ ਹੁੰਦੀਆਂ ਤਾਂ ਤੈਨੂੰ ਠੱਗੀ ਕਿਸੇ ਨੇ ਮਾਰੀ ਤੇਰੇ ਨਾਲ। ਪੁੱਤ ਮੈਂ ਤਾਂ ਫਿਰ ਐਂ ਕਰ ਲਈ ਮੈਂ ਕਹਿੰਦਾ ਤਾਂ ਸੌ ਪਰਦਾ ਰੱਖਿਆ ਹੋਊਗਾ ਤੇਰੇ ਬਾਪੂ ਜੀ ਤੋਂ। ਮੈਂ ਕਹਿੰਦਾ ਤੂੰ ਮਾਂ ਕਰਾਈ ਬੈਠੀ ਸੀ ਦੋ ਵਾਸਤੇ ਮਾਂ ਤੂੰ ਮਾਸੀ ਕੀ ਕਰਨੀ ਹੈ ਪੁੱਤ ਤੁਸੀਂ ਆਪਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈ ਜੀ ਆ ਕਿਵੇਂ ਲੋਹਾਬੇ ਜਿਖ ਰਹੀ ਜੀ ਨੂੰ ਬਸ ਕਾਹਨੂੰ ਦਿਖਾ ਕੇ ਖਿਆਉਂਦੇ ਸੀ ਜੀ ਉਹਨੀ ਗੱਲ ਮਜਬੂਰ ਨਾ ਕੀ ਗੱਲ ਖੈਰ ਤਾਂ ਹੈ ਖੈਰੀ ਹੈਗੀ ਬਸ ਪੈਸੇ ਜਿਹੜੇ ਲੈ ਕੇ ਗਿਆ ਸੀ ਪ੍ਰਗਟ ਹਾਂ ਤੇ ਉਹ ਗਾਹਾਂ ਡੁੱਬ ਗਏ ਛੋਡਾ ਲੱਖ ਰੁਪਇਆ ਗਾਹਾਂ ਨੌਕਰੀ ਮਿਲੀ ਨੀਗੀ ਤੇ ਲੈ ਕੇ ਭੱਜ ਗਏ ਉਹ ਮੈਂ ਮਰਨ ਨਾ ਜੇ ਮੈਂ ਕੁਛ ਕਹਿਤਾ ਐ ਅਕਲ ਵੀ ਖਾਣੀ ਮੁੰਡੇ ਨੇ ਉਹਨਾਂ ਨੇ ਦੇਣ ਦੇ ਮਾਰੇ ਨੇ ਗੱਲ ਵਿੱਚ ਡੰਗ ਬਾਤੀ ਪਤਾ ਮੇਰਾ ਇਰਾਦਾ ਸੀ ਵੀ ਪਰ ਕੋ ਮੈਂ ਸੱਦ ਲਾਂ ਵੀ ਇਹ ਜਿਹੀਆਂ ਗੱਲਾਂ 'ਚ ਪੁੱਤ ਦਮ ਨਹੀਂ ਹੁੰਦਾ ਪੂਰੀ ਠਕੋੜ ਕੇ ਗੱਲ ਕਰੀ ਫਿਰ ਮੈਂ ਕਿਹਾ ਮੈਂ ਖਾਲੀ ਉਹਨਾਂ ਦੇ ਚਿੱਤ 'ਚ ਨਾ ਜਾਵੇ ਕੋਈ ਗੱਲ ਬਾਤ ਆਪਾਂ ਕਾਹਨੂੰ ਹੀ ਲਾਉਂਦਾ ਪੈਸੇ ਪੂਸੇ ਚੱਕ ਕੇ ਵੀ ਤੁਸੀਂ ਕੋਈ ਨਾ ਲੱਖ ਰੁਪਇਆ ਇਹਨੇ ਵਰਤ ਲਿਆ ਕਿ ਅਸੀਂ ਵਰਤ ਲਿਆ ਸੋਨੇ ਦੀ ਗੱਲ ਨਾ ਸਾਨੂੰ ਹੋ ਰਿਹਾ ਕੰਮ ਹੋਵੇ ਜਵਾਕ ਪੈਸੇ ਦਿੰਦਾ ਨੀਗਾ ਮੈਂ ਆਖਿਆ ਜਿਹੜਾ ਕੁਛ ਮੇਰੇ ਕੋਲ ਹੈਗਾ ਉਹ ਤਾਂ ਲੈ ਕੇ ਮੱਥੇ ਲੱਗਾ ਸ਼ਕੀਰੀਆਂ ਜਿਹੜੀਆਂ ਹੁੰਦੀਆਂ ਨਾ
ਜੇ ਇਹਨਾਂ 'ਚ ਮਾੜਾ ਮਾੜਾ ਫਰਕ ਹੋਵੇ ਫਿਰ ਸਾਰੀਆਂ ਗੱਲ ਬੁਰੀ ਲੱਗਣ ਲੱਗ ਜਾਂਦੀ ਹੈ। ਜਦੋਂ ਕੋਈ ਵਿੱਚ ਫਰਕ ਨਾ ਹੋਵੇ ਨਾ, ਜਵਾਕਾਂ ਵਾਂਗੂ ਸਾਡੇ ਨਾਲ ਰਹਿੰਦਾ ਹੈ 14 ਦਿਨ, 4 ਦਿਨ, 5 ਦਿਨ, ਸਾਡੇ ਬੱਚਿਆਂ ਵਾਂਗੂ ਰਹਿੰਦਾ, ਸਾਨੂੰ ਉਹੀ ਜਹਾਜ਼ ਬੱਚਿਆਂ ਵਰਗਾ ਹੈ। ਉਹ ਉਦੋਂ ਆਉਂਦੀ ਹੈ ਗੱਲ ਜਦੋਂ ਕੋਈ ਦੂਰ ਨੇੜੇ ਕੋਈ ਗੱਲ ਵੀ ਮੂੰਹ ਨਾ ਕੋਈ ਲਾਉਣਾ ਹੋਵੇ, ਉਦੋਂ ਫਿਰ ਬੰਬ ਬਣ ਜਾਂਦੀ ਹੈ ਗੱਲ। ਪਰ ਹੁਣ ਕੋਈ ਗੱਲ ਨੀ, ਕੀ ਰੱਖਣ ਵੀ ਇਹਦਾ ਜਿਹੜਾ ਉਹਨੂੰ ਪੂਰੀ ਸੋਚ ਸਮਝ ਕੇ ਕਰਿਆ ਕਰੋ, ਜਵਾਕਾਂ ਨੂੰ ਕਹਾਰ ਲੱਗਦਾ ਕਰੋ। ਜਿਹੜੇ ਤੁਸੀਂ ਜਵਾਕਾਂ ਦੀ ਕਹਾਰ ਕਰਦੇ ਨਾ, ਉਹ ਕਹਾਰ ਤੁਸੀਂ ਜਦੋਂ ਕੋਈ ਮਾਂ ਦਾ ਗੱਲ ਜਿਹਨੇ ਠੱਗੀ ਮਾਰ ਲੈਂਦੀ ਹੈ, ਉਹ 100 ਗੱਲ ਬਣਾਉਂਦਾ, 100 ਢੰਗ ਫੂਲ ਖੇਡਦਾ, ਫਿਰ ਠੱਗੀ ਮਾਰਦਾ, ਫਿਰ ਵੱਜਦੀ ਹੈ ਨਹੀਂ ਬਿੱਟੂ ਕਿਵੇਂ ਠੱਗੀ, ਜੇ ਤੂੰ ਤੇ ਗੱਲ ਤੀਜਾ ਮੁੰਡਾ ਪਹਿਲਾਂ ਹੋ ਲਾ। ਇਹ ਕਿਹੜਾ ਕੋਈ ਸਿਸਟਮ ਚੱਕਿਆ ਗੱਲ ਔਖੀ ਹੁਣ ਜਾਣ ਕੇ ਪੈਸੇ ਦੇਣ ਦੇ ਮਨ ਰੱਖਿਆ, ਉਹ ਕੋਈ ਮਾਮੇ ਦੇ ਸੱਜੇ ਤੋਂ ਨੀ ਪੈਸੇ ਦੇਣੇ ਸਾਨੂੰ, ਜਾਂ ਕਿਸੇ ਦੇ ਰਿਸ਼ਤੇਦਾਰ ਅਸੀਂ ਦੇ ਸੀ ਵੀ ਉਹ ਤੁਸੀਂ ਸਾਡੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਦਿੱਤੀ ਬੈਲ ਜ਼ਰੂਰ ਦਬਾਇਆ ਕਰਿਓ, ਕਿਉਂਕਿ ਸਾਡੀ ਵੀਡੀਓ ਦਾ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੀਆਂ ਵੀਡੀਓ ਜਿਹੜੀਆਂ ਇਹ ਪਰਿਵਾਰਕ ਹੁੰਦੀਆਂ, ਪਲੀਜ਼ ਇਹਨਾਂ ਨੂੰ ਜ਼ਰੂਰ ਦੇਖਿਆ ਕਰੋ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।